ਆਰਐਮਪੀ ਡਾਕਟਰ ਆ ਵੀਰਾ, ਪਿੰਡ ਇਹਦਾ ਵੀਰੇ ਦਾ ਖੋਸਾ ਪਾਂਡੋ ਆ। ਜਿਹੜੀ ਹਾਲਤ 'ਚ ਆਪਣੇ ਪਿੰਡੋਂ ਇਸ ਵੀਰ ਨੂੰ ਲੈ ਕੇ ਆਏ ਸੀ, ਪਹਿਲਾਂ ਤਾਂ ਇਹਨਾਂ ਨੇ ਉੱਥੇ ਵੀ ਕਰਾਇਆ ਇਲਾਜ ਇਹਦਾ, ਪਿੰਡ ਵਾਲਿਆਂ ਨੇ ਵੀ ਕਰੀ ਮਦਦ ਜਿੰਨੀ ਹੁੰਦੀ ਆ, ਪਰ ਇਹਦੀ ਹਾਲਤ ਇੰਨੀ ਵਿਗੜ ਗਈ ਸੀ ਵੀਰੇ ਦੇ, ਜ਼ਖਮ ਸੀ ਬਹੁਤ ਜ਼ਿਆਦਾ, ਆਹ ਲੱਤ ਸਾਰੀ ਗਲੀ ਹੋਈ ਸੀ ਵੀਰੇ ਦੀ, ਅਤੇ ਸਰੀਰ ਦੇ ਵਿੱਚ ਹੱਡੀਆਂ ਹੀ ਰਹਿ ਗਈਆਂ ਸੀ ਇਕੱਲੀਆਂ। ਡੇਢ ਦੋ ਮਹੀਨਿਆਂ ਤੋਂ ਵੀਰ ਵਾਪਸ ਘਰ ਜਾਣਾ ਚਾਹੁੰਦਾ ਸੀ, ਕਹਿੰਦਾ ਸੀ ਮੈਂ ਹੁਣ ਠੀਕ ਹਾਂ ਵੀ ਮੈਂ ਪਿੰਡ ਜਾਣਾ। ਪਰਿਵਾਰ ਦੇ ਵਿੱਚ ਨਾ ਮਾਂ ਨਾ ਪਿਓ ਆ ਨਾ ਭਰਾ ਵਾ, ਕੋਈ ਇੱਕ ਭੈਣ ਆ ਉਹ ਵਿਆਹੀ ਹੋਈ ਆ ਢੁੱਡੀ ਕੇ ਪਿੰਡ। ਰਜਿੰਦਰ ਸਿੰਘ ਆਪਣੇ ਯੋਗ ਆ, ਤੁਸੀਂ ਵੀ ਅਰਦਾਸ ਕਰਿਓ ਇਹ ਵੀਰ ਆਪਦੀ ਕਿਰਤ ਕਮਾਈ ਕਰੇ, ਆਪਣਾ ਆਉਣ ਵਾਲਾ ਜੀਵਨ ਤੰਦਰੁਸਤੀ ਭਰਿਆ ਬਤੀਤ ਕਰੇ। ਜੇ ਕਮੀਆਂ ਦੀ ਗੱਲ ਕਰਦੇ ਤਾਂ ਡਾਕਟਰ ਸਾਹਿਬ ਦੇ ਵਿੱਚ ਵੀ ਕਮੀਆਂ ਸੀ, ਕਿਉਂਕਿ ਇਹਨਾਂ ਨੇ ਆਪਦੇ ਪੈਰ ਕੁਹਾੜਾ ਆਪ ਹੀ ਮਾਰਿਆ ਸੀ, ਪਰ ਇਹਨਾਂ ਵੀਰਾਂ ਨੇ ਸਾਰਿਆਂ ਨੇ ਉਸ ਟਾਈਮ ਇਹ ਸਮਝ ਕੇ ਮਦਦ ਕੀਤੀ ਸੀ ਵੀ ਅਸੀਂ ਭਾਈ ਘਨੱਈਆ ਜੀ ਦੇ ਵਾਰਸ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਰਜਿੰਦਰ ਸਿੰਘ ਹੈ ਜੀ, ਡਾਕਟਰ ਰਜਿੰਦਰ ਸਿੰਘ, ਆਰਐਮਪੀ ਡਾਕਟਰ ਆ ਵੀਰਾ, ਪਿੰਡ ਇਹਦਾ ਵੀਰੇ ਦਾ ਖੋਸਾ ਪਾਂਡੋ ਆ ਅਤੇ ਜ਼ਿਲ੍ਹਾ ਮੋਗਾ। ਇਹ ਵੀਰੇ ਨੂੰ ਜਦੋਂ ਲੈ ਕੇ ਆਏ ਸੀ ਵੀਰੇ ਹੁਣੀ ਗੁਰਸੇਵਕ ਹੁਣੀ ਸਾਰੇ, ਸਤਨਾਮ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਤਰਸੇਮ ਸਿੰਘ, ਪਵਨਦੀਪ, ਇਹ ਸਾਰੇ ਵੀਰਾਂ ਦਾ ਪਹਿਲਾਂ ਤਾਂ ਧੰਨਵਾਦ ਆ ਬਹੁਤ ਵੀ ਇਹਨਾਂ ਨੇ ਜਿਹੜੀ ਹਾਲਤ 'ਚ ਆਪਣੇ ਪਿੰਡੋਂ ਇਸ ਵੀਰ ਨੂੰ ਲੈ ਕੇ ਆਏ ਸੀ, ਪਹਿਲਾਂ ਤਾਂ ਇਹਨਾਂ ਨੇ ਉੱਥੇ ਵੀ ਕਰਾਇਆ ਇਲਾਜ ਇਹਦਾ, ਪਿੰਡ ਵਾਲਿਆਂ ਨੇ ਵੀ ਕਰੀ ਮਦਦ ਜਿੰਨੀ ਹੁੰਦੀ ਆ, ਪਰ ਇਹਦੀ ਹਾਲਤ ਇੰਨੀ ਵਿਗੜ ਗਈ ਸੀ ਵੀਰੇ ਦੇ, ਜ਼ਖਮ ਸੀ ਬਹੁਤ ਜ਼ਿਆਦਾ। ਲੱਤ ਕਿਹੜੀ ਸੀ? ਆਹ ਲੱਤ ਸਾਰੀ ਗਲੀ ਹੋਈ ਸੀ ਵੀਰੇ ਦੀ, ਅਤੇ ਸਰੀਰ ਦੇ ਵਿੱਚ ਹੱਡੀਆਂ ਹੀ ਰਹਿ ਗਈਆਂ ਸੀ ਇਕੱਲੀਆਂ, ਪਰ ਜਾਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ, ਪਰਮਾਤਮਾ ਨੇ ਕੋਈ ਉੱਦਾਂ ਦਾ ਆਪਣੇ ਆਪ ਹੀ ਸਬੱਬ ਬਣਾਇਆ। ਇਹ ਵੀਰੇ ਹੁਣੀ ਇੱਥੇ ਲੈ ਕੇ ਆ ਗਏ ਸਾਡੇ ਕੋਲ, ਇੱਥੇ ਡਾਕਟਰ ਰਜਿੰਦਰ ਨੂੰ ਐਡਮਿਟ ਕਰ ਲਿਆ, ਇਲਾਜ ਸ਼ੁਰੂ ਹੋ ਗਿਆ। ਇਲਾਜ ਕਰਨ ਵਾਲਾ ਕਰਾਉਣ ਵਾਲਾ ਉਹੀ ਉੱਪਰ ਵਾਲਾ ਸੀ, ਕੌਣ ਆ? ਅਸੀਂ ਤਾਂ ਖੁਦ ਆਪ ਕਈ ਵਾਰੀ ਗੱਲ ਕਰੀਦੀ ਆ ਵੀ ਜਦੋਂ ਸਾਡੇ ਫਾਦਰ ਸਾਹਿਬ ਬਿਮਾਰ ਹੋਏ, 6 ਮਹੀਨੇ ਉਹ DMC ਰਹੇ ਦਯਾਨੰਦ ਹੋਸਪਿਟਲ 'ਚ, ਮਤਲਬ ਆਪਣੇ ਆਪ ਤੋਂ ਬਿਨਾਂ ਹੋਰ ਕੁਛ ਨਹੀਂ ਸੀ ਬਚਿਆ ਸਾਡੇ ਕੋਲ, ਅਸੀਂ ਤਾਂ ਉਹਨਾਂ ਦਾ ਵੀ ਨਹੀਂ ਇਲਾਜ ਕਰਵਾ ਪਾਏ ਸੀ। ਅਸੀਂ ਬਾਈ ਰਜਿੰਦਰ ਸਿੰਘ ਦਾ ਮੋਗੇ ਜ਼ਿਲ੍ਹੇ 'ਚੋਂ ਲਿਆ ਕੇ ਕਿੱਥੇ ਕਰਾ ਸਕਦੇ ਸੀ ਇਲਾਜ, ਕਿ ਮਹਾਰਾਜ ਦੀ ਕਿਰਪਾ ਜਿਹੜੀ ਸੁਪਨਿਆਂ ਦੇ ਘਰ ਵਿੱਚ ਸਾਰੀ ਇਸ ਤਰ੍ਹਾਂ ਦੀ ਸੁਵਿਧਾ ਦਿੱਤੀ ਆ, ਹਸਪਤਾਲ, ਡਾਕਟਰ, ਪਰਿਵਾਰਕ ਮੈਂਬਰ, ਸੇਵਾਦਾਰ, ਭੈਣ ਭਰਾ, ਵਲੰਟੀਅਰ, ਜਿਨ੍ਹਾਂ ਦੇ ਸਦਕਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਇਹ ਸੇਵਾ ਲੈ ਰਹੇ ਨੇ। ਅਤੇ ਇਹ ਵੀਰ ਜਿਵੇਂ ਜਿਵੇਂ ਠੀਕ ਹੋਣ ਲੱਗਿਆ, ਇਹ ਵੀਰਾ ਆਇਆ ਸੀ ਸਾਡੇ ਕੋਲ 11 ਤਰੀਕ ਨੂੰ 10ਵੇਂ ਮਹੀਨੇ ਨੂੰ 2023 'ਚ, ਸਾਡੇ ਕੋਲ 1 ਸਾਲ ਹੋ ਜਾਣਾ ਵੀਰ ਨੂੰ ਅਗਲੇ ਮਹੀਨੇ, ਡੇਢ ਮਹੀਨੇ ਬਾਅਦ, ਕਰੀਬ 10 ਮਹੀਨੇ ਹੋ ਗਏ ਸਾਡੇ ਕੋਲ ਆਏ ਨੂੰ ਵੀਰੇ ਨੂੰ। 2-3 ਮਹੀਨੇ ਤਾਂ ਮੰਜੇ 'ਤੇ ਰਿਹਾ, ਹਾਲਤ ਬਹੁਤ ਖਰਾਬ ਸੀ, ਫਿਰ ਥੋੜ੍ਹਾ ਉੱਠ ਕੇ ਤੁਰਨ ਲੱਗਿਆ, ਫਿਰ ਥੋੜ੍ਹੀ ਬਹੁਤੀ ਸੇਵਾ ਜਿੰਨੀ ਕੁ ਹੁੰਦੀ ਸੀ ਉਹ ਕਰਾ ਦਿੰਦਾ। ਹੁਣ ਪਿਛਲੇ 1.5-2 ਮਹੀਨਿਆਂ ਤੋਂ ਵੀਰ ਵਾਪਸ ਘਰ ਜਾਣਾ ਚਾਹੁੰਦਾ ਸੀ, ਕਹਿੰਦਾ ਸੀ ਮੈਂ ਹੁਣ ਠੀਕ ਹਾਂ ਵੀ ਮੈਂ ਪਿੰਡ ਜਾਣਾ। ਪਿੰਡ ਉੱਥੇ ਘਰ ਹੈਗਾ ਤੇਰਾ? ਉੱਥੇ ਕੌਣ ਰਹਿੰਦਾ? ਨਹੀਂ ਮਤਲਬ ਥਾਂ ਹੈਗਾ? ਹੁਣ ਹੈਗਾ, ਜਗ੍ਹਾ ਹੈਗੀ, ਬਣਾ ਕੇ ਦੇਣੀ। ਠੀਕ ਆ, ਪਹਿਲਾਂ ਕਿੱਥੇ ਰਹਿੰਦਾ ਸੀ ਵੀਰਾ ਜਦੋਂ ਆਇਆ ਸੀ?
ਸਾਡੇ ਕੋਲ ਹੀ ਰਹਿੰਦਾ ਜੀ ਉੱਥੇ ਕਮਰਾ ਪਾ ਕੇ ਤੁਹਾਡੇ ਕੋਲ ਰਹਿੰਦਾ ਸੀ ਇਹ ਵੀਰੇ ਦੇ ਘਰ ਹੀ ਰਹਿੰਦਾ ਸੀ ਇਹੀ ਵੀਰੇ ਹੁਣੀ ਉਦੋਂ ਛੱਡ ਕੇ ਗਏ ਸੀ ਆ ਕੇ ਅਤੇ ਵੀਰਾ ਪਿੰਡ ਦੇ ਵਿੱਚ RMP ਡਾਕਟਰ ਦੀ ਪ੍ਰੈਕਟਿਸ ਕਰਦਾ ਸੀ ਪਰਿਵਾਰ ਦੇ ਵਿੱਚ ਨਾ ਮਾਂ ਨਾ ਪਿਓ ਆ ਨਾ ਭਰਾ ਵਾ ਕੋਈ ਇੱਕ ਭੈਣ ਆ ਉਹ ਵਿਆਹੀ ਹੋਈ ਹੈ ਢੁੱਡੀ ਕੇ ਪਿੰਡ ਅੱਜ ਉਹੀ ਵੀਰ ਇਹਨੂੰ ਵਾਪਸ ਲੈਣ ਆਏ ਨੇ ਜਿਹੜੇ ਵੀਰ ਛੱਡ ਕੇ ਗਏ ਸੀ ਕਿਉਂਕਿ ਜਦੋਂ ਰਜਿੰਦਰ ਸਿੰਘ ਜੀ ਨੇ ਮੈਨੂੰ ਇੱਕ ਦੋ ਵਾਰੀ ਕਿਹਾ ਵੀ ਮੈਂ ਘਰ ਜਾਣਾ ਚਾਹੁੰਦਾ ਹੁਣ ਵਾਪਸ ਮੈਂ ਠੀਕ ਹਾਂ ਤਾਂ ਮੈਂ ਕੁਛ ਸਮਝਾਇਆ ਵੀ ਵੀਰੇ ਰੁਕ ਜਾ ਥੋੜ੍ਹਾ ਟਾਈਮ ਹਜੇ ਸੇਵਾ ਕਰਾ ਲਾ ਪਰ ਉਹ ਕਹਿੰਦਾ ਵੀ ਮੈਂ ਹੁਣ ਜਿੰਨਾ ਕਰਾ ਸਕਦਾ ਸੀ ਮੈਂ ਆਪਣੇ ਵੱਲੋਂ ਕਰਦਾ ਵੀ ਮੈਂ ਹੁਣ ਚਾਹੁੰਦਾ ਆਪਣੇ ਜੀਵਨ 'ਚ ਅੱਗੇ ਵਧਾਂ ਮੈਂ ਆਪਦਾ ਜਾ ਕੇ ਕਮਾਵਾਂ ਅਤੇ ਖਾਵਾਂ ਚਲੋ ਹੈ ਵੀ ਇਹੀ ਆ ਗੱਲ ਇਨਸਾਨ ਦਾ ਇਸ ਇੱਦਾਂ ਦੀਆਂ ਥਾਵਾਂ 'ਤੇ ਆਉਣਾ ਆਪਣੇ ਜੀਵਨ ਦੇ ਵਿੱਚ ਜੇ ਕੋਈ ਕਿਸੇ ਪੱਧਰ 'ਤੇ ਬੰਦਾ ਡਿੱਗ ਪਿਆ ਉਹਨੂੰ ਉੱਠ ਕੇ ਖੜ੍ਹਾ ਹੋਣ ਦੇ ਵਿੱਚ ਸਹਾਰਾ ਬਣਨਾ ਇਹ ਡਿਊਟੀਆਂ ਵਾਹਿਗੁਰੂ ਜੀ ਨੇ ਸਾਡੀਆਂ ਲਾਈਆਂ ਜਾਂ ਇਹਨਾਂ ਵੀਰਾਂ ਦੀਆਂ ਜਿਹੜੇ ਲੈ ਕੇ ਆਏ ਸੀ ਅਤੇ ਹੁਣ ਰਜਿੰਦਰ ਸਿੰਘ ਆਪਣੇ ਯੋਗ ਆ ਤੁਸੀਂ ਵੀ ਅਰਦਾਸ ਕਰਿਓ ਇਹ ਵੀਰ ਆਪਦੀ ਕਿਰਤ ਕਮਾਈ ਕਰੇ ਆਪਣਾ ਆਉਣ ਵਾਲਾ ਜੀਵਨ ਤੰਦਰੁਸਤੀ ਭਰਿਆ ਬਤੀਤ ਕਰੇ ਅਤੇ ਜਿੱਦਾਂ ਆਪਾਂ ਅਕਸਰ ਗੱਲ ਕਰਦੇ ਹਾਂ ਸਾਡੇ ਪਿੰਡਾਂ ਦੇ ਵਿੱਚ ਹੀ ਸਾਡੇ ਆਸ ਪਾਸ ਹੀ ਸਾਡੇ ਰਿਸ਼ਤੇਦਾਰੀਆਂ 'ਚ ਹੀ ਕਈ ਵਾਰੀ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਨਾਲ ਵਕਤ ਦੀ ਮਾਰ ਝੱਲ ਰਹੇ ਕੋਈ ਬਿਮਾਰ ਹੋ ਗਏ ਚੱਲਣ ਫਿਰਨ ਤੋਂ ਸਮਰੱਥ ਹੋ ਗਏ ਕੋਈ ਦਿਮਾਗੀ ਸਮੱਸਿਆ ਤੋਂ ਪੀੜਿਤ ਹੋ ਗਏ ਕੋਈ ਆਪਣੀਆਂ ਗਲਤੀਆਂ ਦੇ ਕਾਰਨ ਹੋ ਜਾਂਦਾ ਕੋਈ ਰੱਬ ਦੀ ਕੋਈ ਕਰਮਾਂ ਦੀ ਮਾਰ ਹੁੰਦੀ ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਉਸ ਟਾਈਮ ਉਹਨਾਂ ਦਾ ਸਾਥ ਦੇਈਏ ਨਾ ਕਿ ਉਹਨਾਂ ਦੀਆਂ ਕਮੀਆਂ ਨੂੰ ਦੇਖੀਏ ਜੇ ਕਮੀਆਂ ਦੀ ਗੱਲ ਕਰਦੇ ਤਾਂ ਡਾਕਟਰ ਸਾਹਿਬ ਦੇ ਵਿੱਚ ਵੀ ਕਮੀਆਂ ਸੀ ਕਿਉਂਕਿ ਇਹਨਾਂ ਨੇ ਆਪਦੇ ਪੈਰ ਕੁਹਾੜਾ ਆਪ ਹੀ ਮਾਰਿਆ ਸੀ ਪਰ ਇਹਨਾਂ ਵੀਰਾਂ ਨੇ ਸਾਰਿਆਂ ਨੇ ਉਸ ਟਾਈਮ ਇਹ ਸਮਝ ਕੇ ਮਦਦ ਕੀਤੀ ਸੀ ਵੀ ਅਸੀਂ ਭਾਈ ਘਨੱਈਆ ਜੀ ਦੇ ਵਾਰਸ ਹਾਂ ਸਾਡਾ ਫਰਜ਼ ਆ ਵੀ ਸਾਡਾ ਭਰਾ ਜੇ ਕੋਈ ਕਿਸੇ ਵਜ੍ਹਾ ਨਾਲ ਚੱਲਣ ਫਿਰਨ ਤੋਂ ਸਮਰੱਥ ਹੋ ਗਿਆ ਸੀ ਉਹਦੀ ਮਦਦ ਕਰੀਏ ਜਿੰਨੀ ਹੋ ਸਕਦੀ ਹੈ ਧੰਨਵਾਦੀ ਹਾਂ ਇਹਨਾਂ ਵੀਰਾਂ ਨੇ ਇਕੱਲਾ ਇਹਨੂੰ ਛੱਡ ਕੇ ਨਹੀਂ ਗਏ ਉਸ ਤੋਂ ਬਾਅਦ ਵੀ ਸੁਪਨਿਆਂ ਦੇ ਘਰ ਨਾਲ ਜੁੜੇ ਹੋਏ ਨੇ ਸਮੇਂ 'ਤੇ ਸਾਡੇ ਇੱਥੇ ਜ਼ਰੂਰਤ ਹੁੰਦੀ ਸੀ ਕੋਈ ਚਾਹੇ ਪਿੱਛੇ ਕਣਕ ਦੀ ਸੇਵਾ ਕਰਕੇ ਗਏ ਬਾਈ ਹੁਣੀ ਤੂੜੀ ਦੀ ਵੀ ਕਰਕੇ ਗਏ ਸ਼ਾਇਦ ਕਣਕ ਦੀ ਕਰਕੇ ਗਏ ਤੁਹਾਡੇ ਹਾਂ ਪਿੰਡੋਂ ਵੀਰ ਹੁਣੀ ਤੁਸੀਂ ਵੀ ਆਏ ਸੀ ਕਿਸੇ ਬਾਅਦ 'ਚ ਮਿਲ ਕੇ ਗਏ ਬਾਈ ਹੁਣੀ ਹਾਂ ਜਿੰਨੀ ਕੁ ਵੀ ਹੁੰਦੀ ਰਹੀ ਇਹਨਾਂ ਤੋਂ ਵੀਰ ਹੁਣੀ ਇੱਥੇ ਇਹਦੇ ਮਗਰ ਵੀ ਆਉਂਦੇ ਰਹੇ ਬਾਈ ਦੇ ਗੇੜਾ ਵੀ ਮਾਰਦੇ ਰਹੇ ਅਤੇ ਅੱਜ ਰਜਿੰਦਰ ਸਿੰਘ ਬਿਲਕੁਲ ਠੀਕ ਹੋ ਕੇ ਆਪਣੇ ਘਰ ਜਾ ਰਿਹਾ ਵਾਪਸ ਸਾਡੇ ਨਾਲ ਜਿਹੜਾ ਇਹਦਾ 10 ਮਹੀਨਿਆਂ ਦਾ ਇਹ ਸਫ਼ਰ ਸੀ ਇਹ ਸੁਪਨਿਆਂ ਦੇ ਘਰ ਵਿੱਚ ਇੱਕ ਸੁਪਨਿਆਂ ਵਰਗਾ ਬਤੀਤ ਹੋਇਆ ਅੱਗੋਂ ਵੀ ਇਹ ਵੀਰ ਦਾ ਜੀਵਨ ਖੁਸ਼ੀਆਂ ਭਰਿਆ ਹੋਵੇ ਅਰਦਾਸ ਕਰਿਓ ਸਾਰੇ ਧੰਨਵਾਦ ਬਾਈ ਤੁਸੀਂ ਆਏ ਹੋ ਸਾਡੇ ਸੱਦੇ 'ਤੇ ਬਾਈ ਨੂੰ ਲੈਣ ਆਏ ਹੋ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਰਜਿੰਦਰ ਸਿੰਘ ਆਪਦਾ ਧਿਆਨ ਰੱਖੀ ਹੁਣ ਕੰਮ ਕੀ ਕਰੇਂਗੇ ਜਾ ਕੇ ਕੰਮ ਕਰਾਂਗੇ ਤੁਹਾਡੀ ਤਾਂ ਬਾਈ ਕਰਾਂਗੇ ਹਾਂ ਜ਼ਿੰਮੇਵਾਰੀ ਨਾਲ ਸਿਆਣਾ ਬਣ ਕੇ ਹੁਣ ਆਪਦਾ ਲੀਵਰ ਨਹੀਂ ਖਰਾਬ ਕਰਨਾ ਠੀਕ ਆ ਅਤੇ ਸਾਡੀ ਇੱਜ਼ਤ ਵੀ ਨਹੀਂ ਖਰਾਬ ਕਰਨੀ ਠੀਕ ਆ ਸਿਆਣਾ ਬਣ ਕੇ ਰਹਿਣਾ ਬਾਈ ਜੇ ਆਉਂਦਾ ਵੱਸਦਾ ਰਹਿਣਾ ਠੀਕ ਹੈ ਗੁਰਸੇਵ ਸਿੰਘ ਬਹੁਤ ਧੰਨਵਾਦ ਤੁਹਾਡਾ ਠੀਕ ਆ ਬਾਈ ਧੰਨਵਾਦ ਬਾਈ ਧੰਨਵਾਦ ਵੀਰੇ ਧੰਨਵਾਦ ਵੀਰੇ ਧੰਨਵਾਦ ਭਰਵਾਨਾ ਠੀਕ ਆ ਬਾਈ ਸ਼ੁਕਰੀਆ ਬਾਈ